ਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟੈਟ ਸਟੱਡੀ ਨੋਟਸ ਦੇ ਉੱਪਰ ਜੀ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਚੈਨਲ ਦੇ ਉੱਪਰ ਅਸੀਂ ਪੀਐਸਟੈਟ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਐਸਐਸਟੀ ਮਾਸਟਰ ਕਾਰਡ ਦੀ ਪ੍ਰੈਪਰੇਸ਼ਨ ਦੇ ਨਾਲ ਰਿਲੇਟਡ ਵੀਡੀਓ ਅਪਲੋਡ ਕਰਦੇ ਆ ਜੀ ਔਰ ਐਜੂਕੇਸ਼ਨਲ ਵੀਡੀਓ ਦੇ ਨਾਲ-ਨਾਲ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਅੱਜ ਦੀ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਪਬਲਿਕ ਨੋਟਿਸ ਡਾਇਰੈਕਟਰ ਸਿੱਖਿਆ ਪ੍ਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਇੱਕ ਜਾਰੀ ਕੀਤਾ ਗਿਆ ਜੀ ਬਹੁਤ ਹੀ ਇੰਪੋਰਟੈਂਟ ਪਬਲਿਕ ਨੋਟਿਸ ਹੈ ਕੋਰਟ ਕੇਸ ਦੇ ਨਾਲ ਸੰਬੰਧਿਤ ਜੀ ਸੋ ਕੀ ਐਸ ਪਬਲਿਕ ਨੋਟਸ ਦੇ ਵਿੱਚ ਔਰ ਕਿਹੜੇ ਵਿਦਿਆਰਥੀਆਂ ਨੂੰ ਨਵੀਂ ਸਰਕੂਟਨੀ ਦੇ ਵਿੱਚ ਬੁਲਾਇਆ ਜੀ ਉਸਦੇ ਸੰਬੰਧੀ ਇਸ ਨੋਟਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕੀ ਮੈਰਿਟ ਲਿਸਟ ਹੈ ਕਿੱਥੋਂ ਜਿਹੜਾ ਹੈ ਕਿੱਥੋਂ ਤੱਕ ਜਿਹੜੀ ਹੈ ਮੈਰਿਟ ਗਈ ਹੈ ਉਹ ਸਾਰਾ ਕੁਝ ਲਾਸਟ ਦੇ ਵਿੱਚ ਤੁਹਾਨੂੰ ਵੀਡੀਓ 'ਚ ਦੇਖਣ ਨੂੰ ਮਿਲ ਜੂਗਾ ਜੀ ਸੋ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਪਬਲਿਕ ਨੋਟਸ ਕੀ ਹੈ ਜੀ ਸੋ ਇਸ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜਾ ਹੈ 16 12 21 ਨੂੰ ਪੋਸਟਾ ਨਿਕਲਿਆ ਸੀ ਔਰ ਇਹਦੀ ਜਿਹੜੀ ਹੈ ਆਖਰੀ ਮਿਤੀ 15 5 22 ਤੱਕ ਅਪਲਾਈ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਜਿਹੜਾ ਪੇਪਰ ਹੋਇਆ ਸੀ ਔਰ ਇਸ ਦੇ ਵਿੱਚ ਮੈਥ ਸਾਇੰਸ ਸੋਸ਼ਲ ਸਾਇੰਸ ਹਿੰਦੀ ਪੰਜਾਬੀ ਵਿਸ਼ੇ ਦਾ ਲਿਖਤੀ ਟੈਸਟ ਲੈਣ ਉਪਰੰਤ ਵੱਖ-ਵੱਖ ਕਮੇਟੀਆਂ ਨੂੰ ਨਤੀਜਾ ਕੋਸ਼ਤ ਜਿਹੜਾ ਕਰ ਦਿੱਤਾ ਗਿਆ ਸੀ ਜੀ ਔਰ ਇਸ ਉਪਰੰਤ ਉਕਤ ਵਿਸ਼ੇ ਦੇ ਨਾਲ ਸੰਬੰਧਿਤ ਉਮੀਦਵਾਰਾਂ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ ਹੈ ਜੀ 24855 2022 ਬੂਟਾ ਸਿੰਘ ਬਨਾਮ ਤੇ ਸਿਵਲ ਰਿਟ ਪਟੀਸ਼ਨ 24047F222 ਕਮਲਜੀਤ ਕੌਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਕਨੈਕਟਡ ਕੇਸ ਦਾਇਰ ਕਰਕੇ ਮੈਥ ਸਾਇੰਸ ਸੋਸ਼ਲ ਸਾਇੰਸ ਹਿੰਦੀ ਤੇ ਪੰਜਾਬੀ ਵਿਸ਼ਿਆਂ ਦੇ ਕੁਝ ਪ੍ਰਸ਼ਨਾਂ ਦੇ ਉੱਤਰ ਕੁੰਜੀ ਨੂੰ ਜਿਹੜਾ ਚੈਲੰਜ ਕੀਤਾ ਗਿਆ ਸੀ ਔਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 15 2 23 ਨੂੰ ਉਕਤ ਜਿਹੜੀਆਂ ਸਿਵਲ ਰਿਟ ਪਟੀਸ਼ਨਾਂ ਦੇ ਫੈਸਲੇ ਦਿੰਦੇ ਇਹਨਾਂ ਕੇਸਾਂ ਨੂੰ ਜਿਹੜਾ ਹੈ ਡਿਸਪੋਨਟ ਆਫ ਕਰ ਦਿੱਤਾ ਗਿਆ ਸੀ ਡਿਸਪੋਜ਼ਡ ਆਫ ਕਰ ਦਿੱਤਾ ਗਿਆ ਸੀ ਔਰ ਇਦੇ ਵਿੱਚ ਜਿਹੜੀ ਹੈ ਨੀਚੇ ਇਹਨਾਂ ਨੇ ਜਾਣਕਾਰੀ ਦਿੱਤੀ ਕੀ ਕੀ ਕਿਹਾ ਸੀ ਕੋਰਟ ਨੇ ਔਰ ਇਸ ਤੋਂ ਅਗਲੀ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਉਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਮਾਨਯੋਗ ਹਾਈ ਕੋਰਟ ਵੱਲੋਂ ਦਿੱਤੇ ਫੈਸਲੇ ਦੇ ਸਨਮੁਖ ਇਹ ਕੰਮ ਸਮਾਪਨ ਤਰੀਕੇ ਨਾਲ ਕਰਨ ਹਿਤ ਪ੍ਰਮੁੱਖ ਸਿਕੱਤਰ ਸਕੂਲ ਸਿੱਖਿਆ ਜੀ ਵੱਲੋਂ ਮੈਥ ਸਾਇੰਸ ਸੋਸ਼ਲ ਸਾਇੰਸ ਹਿੰਦੀ ਤੇ ਪੰਜਾਬੀ ਵਿਸ਼ਿਆਂ ਲਈ ਸਪੀਕਿੰਗ ਆਰਡਰ ਸੋ ਇਹ ਆਰਡਰ ਨੰਬਰ ਹੈ ਜੀ ਇਸ ਦੇ ਤਹਿਤ 15/3/2023 ਜਾਰੀ ਕਰਦੇ ਹੋਏ ਉਪਰੋਕਤ ਵਿਸ਼ਿਆਂ ਦਾ ਨਤੀਜਾ ਜਿਹੜਾ ਰਿਵਾਈਜ਼ਡ ਕਰਨ ਦੇ ਹੁਕਮ ਜਾਰੀ ਕੀਤੇ ਸੀ ਜੋ ਨਤੀਜਾ ਜਿਹੜਾ ਰਿਵਾਈਜ਼ਡ ਹੋਇਆ ਜੀ 4161 ਪੋਸਟਾਂ ਦਾ ਔਰ ਮੂਹਬੋਲਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਸਟਰ ਕਲਾਸਰ 4161 ਵੱਖ-ਵੱਖ ਖਸਾਮੀਆਂ ਦੇ ਇਨ ਮੈਥ ਸਾਇੰਸ ਸੋਸ਼ਲ ਸਾਇੰਸ ਹਿੰਦੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਉਮੀਦਵਾਰਾਂ ਦਾ ਰਿਵਾਈਜ਼ਡ ਨਤੀਜਾ ਉਹਨਾਂ ਦੇ ਲੌਗਇਨ ਆਈਡੀ ਵਿੱਚ ਤੇ ਵਿਭਾਗ ਦੀ ਵੈੱਬਸਾਈਟ www.educationrecruitmentboard.com ਤੇ ਅਪਲੋਡ ਕਰ ਦਿੱਤਾ ਗਿਆ ਸੀ ਉਹ ਇੱਥੇ ਜਾ ਕੇ ਤੁਸੀਂ ਜਿਹੜਾ ਨਤੀਜਾ ਉਹ ਦੇਖ ਸਕਦੇ ਹੋ ਜੀ ਅਪਲੋਡ ਹੋਇਆ ਹੋਇਆ ਹੈ ਔਰ ਉਕਤ ਪ੍ਰਕਿਰਿਆ ਦੀ ਲਗਾਤਾਰਤਾ ਵਿੱਚ ਇਹ ਨੋਟਿਸ ਦੇ ਨਾਲ ਨੱਥੀ ਸ਼ਡਿਊਲ ਅਨੁਸਾਰ ਉਮੀਦਵਾਰਾਂ ਨੂੰ ਆਪਣੇ ਦਸਤਾਵੇਜ਼ ਦੀ ਸਕਰੂਟੀ ਲਈ 10/4/22 ਨੂੰ ਸੋ 10/4/22 ਨੂੰ ਸਵੇਰੇ 9:30 ਤੋਂ 4 ਵਜੇ ਤੱਕ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਈਕਰੋਸਾਫਟ ਬਿਲਡਿੰਗ ਫੇਜ਼ 3 ਬੀ ਜਿਹੜਾ ਮੁਹਾਲੀ ਦੇ ਵਿੱਚ ਸਹਬਜਾਦਾ ਅਜੀਤ ਸਿੰਘ ਨਗਰ ਵਿਖੇ ਜਿਹੜਾ ਸੱਜਤਾ ਦਿੱਤਾ ਜਾਂਦਾ ਹੈ ਜੀ ਅਰ ਬਾਕੀ ਹੋਰ ਜਾਣਕਾਰੀ ਪਹਿਲਾ ਮੰਗ ਹੀ ਵਿਭਾਗ ਦੀ ਵੈਬਸਾਈਟ www.educationrecruitment.com ਤੇ ਅਪਲੋਡ ਕੀਤੀ ਗਈ ਜੇ ਉੱਥੇ ਜਾ ਕੇ ਦੇਖ ਸਕਦੇ ਹੋ ਔਰ ਅੱਗੇ ਮੈਰਿਟ ਲਿਸਟ ਹੈ ਜੀ ਕਿੱਥੋਂ ਤੱਕ ਬੁਲਾਏ ਨੇ ਮਾਸਟਰ ਕਾਰਡਰ ਮੈਥ ਓਪਨ ਦੇ ਵਿੱਚ ਕੈਂਡੀਡੇਟ ਜਿਨ੍ਹਾਂ ਦੇ 103 ਪਲੱਸ ਨੇ ਜੀ ਔਰ ਉਸ ਤੋਂ ਬਾਅਦ ਫਿਰ ਐਸ ਸੀ ਆਰਓ ਤੇ ਉਹ ਜਿਹੜੇ ਕੈਂਡੀਡੇਟ 73 ਤੋਂ 102 ਯਾਨੀ ਕਿ 73 ਤੋਂ ਉੱਤਰ 102 ਤੱਕ ਜੀ ਔਰ ਇਕਨੋਮਿਕਲੀ ਵੀਕਰ ਸੈਕਸ਼ਨ ਜਿਹੜੇ ਨੇ 100 ਤੋਂ 200 102 ਤੱਕ ਜੀ BC ਜਿਹੜੇ ਨੇ ਕੈਂਡੀਡੇਟ 95 ਤੋਂ 102 ਜਿਨ੍ਹਾਂ ਦੇ ਦਰਮਿਆਨ ਨੰਬਰ ਨੇ ਜੀ ਉਹ ਬੁਲਾਏ ਨੇ ਮਾਸਟਰ ਕਾਰਡਰ ਸਾਇੰਸ ਦੇ ਵਿੱਚ ਜਿਹੜਾ ਓਪਨ ਕੈਟਾਗਰੀ ਦੇ ਵਿੱਚ ਜਿਨ੍ਹਾਂ ਦੇ 85 ਜਾਂ ਇਸ ਤੋਂ ਉੱਪਰ ਨੰਬਰ ਨੇ ਜੀ ਇਕਨੋਮਿਕਲ ਵੀਕਰ ਸੈਕਸ਼ਨ ਦੇ ਵਿੱਚ ਜਿਹੜਾ 81 ਤੋਂ 84 ਤੱਕ ਔਰ SC RO ਐਂਡ R ਐਂਡ O 64 ਤੋਂ 84 ਜੀ ਔਰ BC ਜਿਹੜੇ ਨੇ 78 ਤੋਂ 84 ਦੇ ਵਿੱਚ ਜਿਹੜੇ ਅੰਕ ਨੇ ਜੀ ਸਾਇੰਸ ਦੇ ਜਿਹੜੇ ਵਿਦਿਆਰਥੀਆਂ ਦੇ ਸੋ ਉਹਨਾਂ ਨੂੰ ਬੁਲਾਇਆ ਜੀ ਔਰ ਸੋਸ਼ਲ ਸਟਡੀ 633 ਪੋਸਟਾਂ ਸੀ ਜਿਹੜੀ ਜਿਸ ਦੇ ਵਿੱਚ ਓਪਨ ਕੈਂਡੀਡੇਟ ਜਿਹੜੇ ਨੇ ਜਿਨ੍ਹਾਂ ਦੇ ਨੰਬਰ 102 ਜਾਂ ਇਸ ਤੋਂ ਉੱਪਰ ਨੇ ਜੀ BC ਦੇ ਵਿੱਚ 98 ਤੋਂ 101 ਜੀ ਔਰ ਜਰਨਲ ਜਿਹੜੇ ਨੇ ਜਿਸ ਦੇ ਵਿੱਚ ESM ESM ਜਿਹੜੇ ਬੁਲਾਏ ਨੇ ਉਹ ਬੁਲਾਏ ਨੇ ਜੀ 62 ਤੋਂ 102 ਤੱਕ ਜੀ SC M ਤੇ ਵੀ 89 ਤੋਂ 101 اور SCRO 97 ਤੋਂ 101 ਤੱਕ ਜੀ SCRO ਐਂਡ ESM ਜਿਹੜੇ ਨੇ ਉਹ ਕੈਂਡੀਡੇਟ 83 ਤੋਂ 101 ਤੱਕ ਔਰ BCESM ਜਿਹੜੇ ਨੇ 70 ਤੋਂ 101 ਤੱਕ ਜੀ ਔਰ PH ਫਿਜ਼ੀਕਲ ਹੈਂਡੀਕੈਪਟ ਜਿਹੜੇ ਔਰਥੋ ਨੇ ਜੀ 85 ਤੋਂ 101 ਔਰ ਇਕਨੋਮਿਕਲੀ ਵੀਕਰ ਸੈਕਸ਼ਨ 4 ਜਰਨਲ ਇਹ ਬਲਾਈ ਨੇ ਜੀ 98 ਤੋਂ 100 1 ਤੱਕ ਜੀ ਇਸੇ ਤਰ੍ਹਾਂ ਹਿੰਦੀ ਦੀ ਹੈ ਜੀ ਓਪਨ 132 ਔਰ ਇਸ ਤੋਂ ਉੱਪਰ ਜਿਹੜੇ ਕੈਂਡੀਡੇਟ ਆਉਂਦੇ ਨੇ BC ਦੇ ਵਿੱਚ 130 ਤੋਂ 131 SC RO ਐਂਡ 129 ਤੋਂ 131 SC RO ਐਂਡ ਔਰ ESM ਇਹ ਜਿਹੜੇ ਨੇ 70 ਤੋਂ 131 ਤੱਕ ਜੀ ਇਹ ਜਿਹੜੇ ਡਿਪੈਂਡੈਂਟ ਨੇ ਜੀ ਫਿਜ਼ੀਕਲ ਹੈਂਡੀਕੈਪਟ ਜਿਹੜੇ ਆਰਥੋ 109 ਤੋਂ 131 ਜੀ ਇਕਨੋਮਿਕਲੀ ਵੀਕਰ ਸੈਕਸ਼ਨ ਫੋਰ ਜਨਰਲ ਜਿਹੜੇ ਨੇ 129 ਤੋਂ 131 ਤੱਕ ਜੀ ਪੰਜਾਬੀ ਦੀਆਂ ਜਿਹੜੀਆਂ ਪੋਸਟਰ ਸੀ ਜੀ 534 ਉਹਦੇ ਵਿੱਚ ਓਪਨ ਦੇ ਵਿੱਚ 139 ਔਰ ਇਸ ਤੋਂ ਉੱਪਰ ਜੀ BC 136 ਤੋਂ 138 SC M ਤੇ B 132 ਤੋਂ 138 ਪਰ SCR ਐਂਡ O 136 ਤੋਂ 138 ਤੱਕ ਜੀ ਜਿਨ੍ਹਾਂ ਦੇ ਨੰਬਰ ਨੇ ਔਰ BC ਜਿਹੜੇ ESM ਨੇ 100 ਤੋਂ 138 ਤੱਕ ਜੀ ਔਰ ਫਿਜ਼ੀਕਲ ਔਰਥੋ ਜਿਹੜੇ ਨੇ 129 ਤੋਂ 138 ਇਕਨੋਮਿਕਲੀ ਵੀਕਰ ਸੈਕਸ਼ਨ ਜਿਹੜੇ ਨੇ ਉਹ 136 ਤੋਂ 138 ਦੇ ਦਰਮਿਆਨ ਜਿਹਨਾਂ ਦੇ ਅੰਕ ਨੇ ਜੀ ਸੋ ਇਹ ਦੀ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਤਾਂ ਇਹ ਜਿਹੜੇ ਕੈਂਡੀਡੇਟ ਨੇ ਨਵੀਂ ਸਰਕੂਟਨੀ ਦੇ ਲਈ ਬੁਲਾਏ ਨੇ ਜੀ ਔਰ ਇਹਦੀ ਡਿਟੇਲ ਤੁਸੀਂ ਵਿਭਾਗ ਦੀ ਵੈਬਸਾਈਟ educationerrecruitment.com ਤੇ ਜਿਹੜਾ ਜਾ ਕੇ ਦੇਖ ਸਕਦੇ ਹੋ ਜੀ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਜੀ